ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇੱਕ ਸਾਧੂ ਨੇ ਦੂਸਰੇ ਸਾਧੂ ਦੇ ਉੱਤੇ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਹ ਸਾਰੀ ਲੜਾਈ ਹੋਈ ਹੈ। ਕਿਹਾ ਜਾ ਰਿਹਾ ਕਿ ਜਦੋਂ ਇੱਕ ਸਾਧੂ ਆਪਣੇ ਘਰ ਤੋਂ ਕੰਮ ਦੇ ਲਈ ਬਾਹਰ ਜਾਂਦਾ ਹੈ ਤਾਂ ਉਸਨੂੰ ਦੂਸਰਾ ਸਾਧੂ ਮਿਲ ਜਾਂਦਾ ਹੈ ਅਤੇ ਉਹ ਉਸਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਲੈਂਦਾ। ਕਿਹਾ ਜਾ ਰਿਹਾ ਕਿ ਜਦੋਂ ਉਸਨੇ ਆਪਣੀ ਗੱਡੀ ਦੇ ਵਿੱਚ ਬਿਠਾਇਆ ਤਾਂ ਉਸਦੇ ਵਿੱਚ 3 ਤੋਂ 4 ਲੋਕ ਹੋਰ ਪਹਿਲਾਂ ਤੋਂ ਹੀ ਮੌਜੂਦ ਸੀ, ਜਿਨ੍ਹਾਂ ਨੇ ਮਿਲ ਕੇ ਉਸਦੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਜੋ ਉਸਦੇ ਚੋਟ ਹੈ ਉਹ ਹੱਥ ਦੇ ਵਿੱਚ ਲੱਗੀ ਹੈ। ਫਿਲਹਾਲ ਉਸਨੂੰ ਹੁਣ ਅੱਗੇ ਇੱਕ ਹਸਪਤਾਲ ਦੇ ਵਿੱਚ ਹੋਰ ਰੈਫਰ ਕਰ ਦਿੱਤਾ ਗਿਆ ਹੈ। ਤਾਂ ਦੱਸ ਦਈਏ ਕਿ ਮਾਮਲਾ ਪੁਲਿਸ ਦੇ ਵੱਲੋਂ ਵੀ ਦਰਜ ਕਰ ਲਿਆ ਗਿਆ ਅਤੇ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਸਾਧੂ ਹੀ ਸਾਧੂ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ। ਕਿਹਾ ਜਾ ਰਿਹਾ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਹ ਸਾਰਾ ਮਾਮਲਾ ਭਖਿਆ ਹੈ। ਹਾਲਾਂਕਿ ਹੁਣ ਪੁਲਿਸ ਦੇ ਕੋਲ ਸ਼ਿਕਾਇਤ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਨੇ ਧੋਖੇ ਨਾਲ ਬੁਲਾ ਕੇ ਉਹਨੂੰ ਬਾਹਰ ਮਾਰਿਆ ਹੋਇਆ, ਸਾਂਢੂ ਹੋ ਗਿਆ ਉਹਦਾ, ਇੱਕ 3 ਦੋਸਤ 4 ਜਾਣੇ ਸੀ। ਸਾਂਢੂ ਦਾ ਨਾਮ ਨੰਨਾ, ਇੱਕ ਤੇਸ਼ੀ ਸ਼ਰਮਾ ਨੰਨਾ ਛੋਟਾ ਨਾਮ, ਤੇ ਦੂਜੇ ਦਾ ਕੀ ਨਾਮ ਸੀ, ਭੂਸ਼ਣ, ਉਹਦੇ ਭੂਆ ਦਾ ਮੁੰਡਾ ਭੂਸ਼ਣ, ਤੇ ਤੀਜਾ ਇੱਕ ਸੀਤਾ ਮਹੰਤਾ ਦਾ ਮੁੰਡਾ, ਤੇ ਇੱਕ ਨਵਾਂ ਹੋਰ ਉਹਨਾਂ ਨੇ ਆਪਾਂ ਜਾਣਦੇ 4 ਲੋਕ ਜੀ। ਕਾਰਨ ਕੀ ਸੀਗਾ? ਕਾਰਨ ਜੀ ਮਾੜੀ ਜੀ ਬਸ ਰਿਸ਼ਤੇਦਾਰੀ ਪਿੱਛੇ, ਬਸ ਬਹਿਸ ਵਸਾਈ ਆ ਪਹਿਲੇ ਸੀ, ਆ ਕੇ ਧੋਖੇ ਨਾਲ ਬੁਲਾ ਕੇ ਧੋਖੇ ਮਾਰੇ ਦਾਦ ਮਾਰੇ। ਇਹ ਰਿਸ਼ਤੇਦਾਰੀ ਦਾ ਸੀਗਾ, ਪੈਸੇ ਦੇ ਲੈਣ ਦੇਣ ਦਾ ਸੀਗਾ। ਇਹਦਾ ਸਾਂਢੂ ਸੀਗਾ ਛੋਟੇ ਭਰਾ ਦਾ। ਕੀ ਨਾਮ ਭਰਾ ਦਾ? ਪਰਮਿੰਦਰ ਧਵਨ। ਅੱਛਾ ਜੀ। ਤੇ ਉਹ ਮੁੰਡਿਆਂ ਨਾਲ ਨੰਨਾ ਹੈ, ਤੇ ਉਹਨਾਂ ਦੀ ਮਤਲਬ ਆਪਸੇ ਲੈਣ ਦੇਣ ਦੀ ਗੱਲ ਤਾਂ ਕਲੀਅਰ ਹੋ ਗਈ ਸੀ। ਕੋਈ ਮਾੜਾ ਮੋਟਾ ਸੀਗਾ ਆਪਸੇ, ਪਤਾ ਨਹੀਂ ਉਹਨੇ ਹੁਣ ਦਿਮਾਗ ਦਿਲ 'ਚ ਕੀ ਰੱਖ ਲਿਆ। ਇਹ ਕਿਤੇ ਬਾਹਰ ਮੈਡੀਸਨ ਲੈਣ ਗਿਆ ਆਪਣੇ ਚਿਮਨੀ ਰੋਡ ਘਰ ਦੇ ਬਾਹਰ ਹੀ, ਅਤੇ ਉੱਥੇ ਮੁੰਡੇ ਖੜ੍ਹੇ ਸੀ ਅਤੇ ਇਹਨੇ ਕਿਤੇ ਦਾਹ ਧੋਖੇ ਨਾਲ ਵੀ ਮੈਨੂੰ ਉੱਥੇ ਛੱਡਿਆ। ਅਗਲਾ ਕਹਿੰਦਾ ਮੇਰਾ ਸਾਂਢੂ ਰਿਸ਼ਤੇਦਾਰ ਬਿਠਾ ਲੈਂਦੇ ਹਾਂ। ਉਹ ਬਹਿਣ ਦੇ ਬਹਾਨੇ ਪਿੱਛੋਂ ਕੱਢ ਕੇ ਅਤੇ ਉਹਨੇ ਦਾਹ ਜੀ ਕੋਈ ਸੀਗੀ ਮਾਰਤੀ ਆ ਬਾਹਾਂ 'ਤੇ, ਅਤੇ ਮਾਰ ਕੇ ਅਗਲੇ ਭੱਜ ਗਏ। ਉਸ ਤੋਂ ਬਾਅਦ ਅਸੀਂ ਹੁਣ ਸਿਵਲ ਹੋਸਪਿਟਲ ਲਿਆਂਦਾ। ਮੈਂ 4-5 ਜਣੇ ਸੀਗੇ। ਕਿੰਨੇ ਕੁ ਰੁਪਏ ਦਾ ਲੈਣ ਦੇਣ ਹੋਣਾ? ਲੈਣ ਦੇਣ ਤਾਂ ਕੋਈ 1 ਲੱਖ ਰੁਪਏ ਦਾ ਸੀਗਾ, ਉਹ ਵਿਆਜ ਮਤ ਜ਼ਿਆਦਾ ਮੰਗਦਾ ਸੀ, ਇਹਨੇ ਦੇ ਦਿੱਤੀ। ਕਿੰਨੇ ਟਾਈਮ ਪਹਿਲਾਂ ਲਏ ਸੀ? ਮੇਰਾ ਖਿਆਲ 6 ਮਹੀਨਾ ਲਾ ਲਓ। ਪੈਸੇ ਤਾਂ ਦੇ ਦਿੱਤੇ ਉਹਨੇ, ਉਹ ਕਹਿੰਦਾ ਹੋਰ ਲੈ ਲਾ ਛੱਡੋ, ਅਗਲਾ ਕਹਿੰਦਾ 5-10 ਹਜ਼ਾਰ ਲਈ ਲੜਨਾ ਕੀ। ਭਾਜੀ ਕੰਮ ਕੀ ਕਰਦੇ ਨੇ? ਹੈ ਹਮਨੇ ਆਟੋ ਕਿਰਾਏ ਤੇ ਪਾਏ ਨੇ, ਕਿਰਾਏ ਦੇ ਆਟੋ। ਹਾਂਜੀ ਹਾਂਜੀ, 5-6-7 ਆਟੋ ਕਿਰਾਏ ਤੇ ਹੈਗੇ ਆਪਣੇ। ਤੇ ਮਤਲਬ ਕਿ ਇਹ ਸਾਂਢੂ ਨੇ ਇੱਕ ਦੂਜੇ ਦੇ? ਸਾਂਢੂ ਨੇ ਮਤਲਬ। ਮੈਂ ਕਿ ਸਾਂਢੂ ਨੇ ਸਾਂਢੂ ਤੇ ਹਮਲਾ ਕੀਤਾ? ਸਾਂਢੂ ਨੇ ਸਾਂਢੂ ਤੇ। ਠੀਕ ਹੈ, ਤੇ ਉਹ ਕਿੱਥੇ ਰਹਿਣ ਵਾਲਾ ਸਾਂਢੂ ਦੂਜਾ? ਸਾਂਢੂ ਇੱਕ ਸ਼ਿਮਲਾਪੁਰੀ ਰਹਿੰਦਾ ਉਹਦੇ ਨਾਲ ਹੀ। ਅੱਛਾ, ਇੱਕੋ ਮੁੱਲੇ ਦੇ ਨੇ? ਹਾਂ ਨਹੀਂ, ਇਹ ਅਸੀਂ ਤਾਂ ਉਹਦੇ ਮੁਹੱਲੇ 'ਚ ਰਹਿੰਦੇ ਹਾਂ, ਉਹ ਬਰੋਟਾ ਰੋਡ ਵਾਲੇ ਪਾਸੇ ਰਹਿੰਦੇ। ਕਹਿੰਦੇ ਵੀ ਉਹਦੀਆਂ ਨਸਾਂ ਕੱਟੀਆਂ ਗਈਆਂ? ਹਾਂਜੀ, ਇਹ ਪਤਾ ਲੱਗਿਆ ਡਾਕਟਰ ਤੋਂ ਵੀ ਨਸਾਂ ਤੇ ਉਹਦਾ ਹੈ, ਤੇ ਇਸ ਕਰਕੇ ਇਹਨਾਂ ਨੂੰ ਅਸੀਂ CMC ਰੈਫਰ ਕਰਾਂ। ਤੇ ਨਸਾਂ ਵਧੀਆਂ ਗਈਆਂ? ਹਾਂਜੀ, ਹੱਥ ਦੀਆਂ ਬਾਹਾਂ ਦੀਆਂ ਮਤਲਬ ਨਾ। ਫਿਰ ਅਸੀਂ ਇਹਨੂੰ ਇੱਧਰ ਰੈਫਰ ਕਰਾਉਣ ਲੱਗੇ ਹਾਂ CMC, ਕਿਉਂਕਿ ਵੀ ਬਾਅਦ ਚੋਂ ਕਿਸੇ ਹੱਥ 'ਚ ਜਾਂ ਕਿਸੇ ਨੁਕਸ ਨਾ ਆ ਜਾਏ। ਕਿੱਦਾਂ ਦੀ ਉਹਨਾਂ ਦੀ ਹਾਲਤ? ਥੋੜ੍ਹੀ ਖਰਾਬ ਹੈ, ਜਾਨੀ ਬਲੱਡ ਰੁਕ ਨਹੀਂ ਰਿਹਾ ਹਾਲੀ ਤੱਕ। ਕੀ ਚਾਹੁੰਦੇ ਕੀ ਹੁਣ ਤੁਸੀਂ? ਹੁਣ ਅਸੀਂ ਪ੍ਰਸ਼ਾਸਨ ਤੋਂ ਉਹਨਾਂ 'ਤੇ ਕਾਰਵਾਈ ਚਾਹੁੰਦੇ ਹਾਂ, ਜੋ ਬਣਦੀ ਹੈ ਵੀ ਜੋ ਹੈ ਤੁਹਾਡੇ ਸਾਹਮਣੇ ਹੀ ਹੈ, ਅਤੇ ਡਾਕਟਰ ਸਾਹਿਬ ਨੇ ਵੀ ਦੇਖਿਆ, ਫੋਟੋਆਂ ਲਈਆਂ ਮੋਬਾਈਲ 'ਚ ਵੀ ਆਹ ਹਾਲਤ ਹੈ ਇਹਦੀ ਹੱਥ ਦੀ, ਅਤੇ ਅਸੀਂ ਤੁਹਾਡੇ ਸਾਹਮਣੇ ਐਂਬੂਲੈਂਸ ਕੋਲ ਖੜ੍ਹੇ ਹਾਂ ਵੀ ਉੱਥੇ ਲਿਜਾਣ ਲਈ ਆਪਾਂ CMC।